ਫਸਟ ਆਫ ਆਲ ਤਾਂ ਆਪਣਾ ਥੈਂਕ ਯੂ ਸੋ ਮਚ ਆਪਣਾ ਕੰਪਨੀ ਨੂੰ ਜੀ ਕਿ ਉਹਨਾਂ ਨੇ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ ਹੈ ਜੀ, ਅਤੇ ਉਹਦੇ ਵਾਸਤੇ ਆਪਣਾ ਸਭ ਨਾਲ ਪਹਿਲੇ ਉਹਨੇ ਆਪਣਾ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਉਹਨਾਂ ਦੇ ਆਪਣਾ ਤਵਸ ਨਾਲ ਜ਼ਿੰਮੇਦਾਰ ਜਿਹੜੇ ਦੋਸਤ ਹੈ ਸੀ ਜ਼ਿੰਮੇਦਾਰ ਆ, ਉਹਨਾਂ ਨੂੰ ਦੇਖਣ ਵਾਸਤੇ ਟਰੈਕਟਰ ਚਲਾਉਣ ਵਾਸਤੇ ਕੋਈ ਟਰੈਕਟਰ ਭੇਜੇ ਨੇ, ਫਸਟ ਆਫ ਆਲ ਜੀ। ਸੈਕਿੰਡ ਜੀ, ਮੈਂ ਕੰਪਨੀ ਨੂੰ ਐਪਰੀਸ਼ੀਏਟ ਕਰਦਾ ਇੱਕ ਦੋ ਗੱਲਾਂ 'ਤੇ ਜੀ। ਉਹ ਇਸ ਗੱਲ 'ਤੇ ਕਿ ਸਭ ਨੂੰ ਕਾਮਯਾਬ ਤਰੀਨ ਡਿਜ਼ਾਇਨ ਜਿਹੜਾ ਆਪਣਾ ਪਾਕਿਸਤਾਨ ਡਿਜ਼ਾਇਨ ਆਪਣਾ ਮੰਨਿਆ ਜਾ ਰਿਹਾ ਹਾਈ ਤਿਗਸ, ਅਤੇ ਉਸੇ ਤਰ੍ਹਾਂ ਦਾ ਉਹਨੇ ਟਰੈਕਟਰ ਬਣਾਇਆ ਜੀ। ਉਹਦੇ ਕੁਛ ਚੇਂਜਿਸ ਕੀਤੇ ਨੇ, ਜਿਵੇਂ ਕਿ ਦੋਸਤ ਅਹਿਬਾਬ ਆਪਣਾ ਕੁਛ ਆਖਦੇ ਵੀ ਸੀ ਪਹਿਲੇ ਕਿ ਟਰਬੋ ਵਗੈਰਾ ਹੋਣੀ ਚਾਹੀਦੀ ਹੈ, ਪਲੇਟਫਾਰਮ ਖੁੱਲ੍ਹਾ ਹੋਣਾ ਚਾਹੀਦਾ ਨੇ। ਇਹ ਖੁਸ਼ਹਾਲ ਗੱਲਾਂ ਨੇ, ਅੱਛੀਆਂ ਗੱਲਾਂ ਨੇ ਜੀ ਆਪਣਾ। ਬਾਕੀ ਟਰੈਕਟਰ ਦੇਖਣ ਨੂੰ ਬਿਲਕੁਲ ਠੀਕ ਹੈ ਜੀ, ਜਿਸ ਤਰ੍ਹਾਂ ਆਪਣਾ। ਬਾਕੀ ਜਿਹੜੀ ਗੱਲ ਹੈ ਪਰਫੋਰਮੈਂਸ ਵਾਈਜ਼, ਉਹ ਤਾਂ ਟਰੈਕਟਰ ਚੱਲਣਗੇ ਅਤੇ ਉਹ ਫਿਰ ਉਹ ਫੈਸਲਾ ਤਾਂ ਲੋਕਾਂ ਨੇ ਕਰ ਲੈਣਾ ਹੁੰਦਾ ਹੈ ਜਾਂ ਜ਼ਿੰਮੇਦਾਰਾਂ ਨੇ ਆਪ ਕਰ ਲੈਣਾ ਹੁੰਦਾ ਜੀ। ਜੀ ਹਾਂਜੀ, ਆਵਾਜ਼ ਠੀਕ ਹੈ ਜੀ ਆਪਣਾ, ਠੀਕ ਹੈ ਟਰੈਕਟਰ ਦੀ ਆਵਾਜ਼ ਆਪਣਾ। ਬਾਕੀ ਦੇਖਿਆ ਜੀ, ਚਲਾ ਕੇ ਦੇਖਿਆ ਜੀ ਜੀ। ਬਾਕੀ ਠੀਕ ਹੈ ਜੀ, ਪਲੇਟਫਾਰਮ ਠੀਕ ਹੈ, ਕਲੱਚ ਬ੍ਰੇਕ ਵੀ ਆਪਣਾ ਸਿਮਿਲਰ ਉਹੀ ਨੇ, ਬਹੁਤ ਅੱਛੇ ਨੇ। ਪੇਂਟ ਕੁਆਲਿਟੀ ਅੱਛੀ ਹੈ ਜੀ, ਇੱਕ ਨਵਾਂ ਮੁਨਫਰਦ ਆਪਣਾ ਰੰਗ ਵੀ ਆਪਣਾ ਦੇ ਦਿੱਤਾ ਹੈ, ਜਿਸ ਤਰ੍ਹਾਂ ਕਿ ਇੱਕ ਆਪਣਾ ਪਾਕਿਸਤਾਨ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਨਵੇਂ ਰੰਗ ਦਾ, ਜਿਵੇਂ ਪਸੰਦ ਕਰਦੇ ਨੇ। ਮਾਲਟਾ ਕਰ ਦਿੱਤਾ ਉਹਨਾਂ ਨੇ ਉਸ ਸਾਲਾ ਕਲਰ, ਅਤੇ ਅੱਛਾ ਹੈ ਜੀ। ਦੇਖੋ ਟੈਂਕੀ ਦਾ ਅਗਰ ਅਨਸਟਲੀ ਸਪੈਕਿੰਗ ਮੇਰੇ ਕੋਲ ਪੁੱਛੋਗੇ ਤਾਂ ਥੱਲੇ ਦੇਣ ਦਾ ਕੋਈ ਮੇਨ ਨਹੀਂ ਹੈ, ਗੱਲ ਆ ਕਿ ਅੱਗੇ ਵੀ ਟੈਂਕੀ ਪਈ ਹੈ, ਲੋਕਾਂ ਦਾ ਵਿਊ ਹੈ, ਕੁਛ ਲੋਕਾਂ ਦੇ ਹੈ, ਮੁਮਕਿਨ ਮੇਰੀ ਸੋਚ ਲੋਕਾਂ ਦੇ ਆਪਣਾ ਬਰਕਸ ਵੀ ਹੋ ਸਕਦੀ ਹੈ, ਕਿਉਂਕਿ ਸਾਈਡ 'ਤੇ ਆਪਣਾ ਜਾਲੀਆਂ ਹੁੰਦੀਆਂ ਨੇ ਆਪਣਾ ਹਵਾ ਵਾਸਤੇ, ਤਾਂ ਉਹ ਕਾਫੀ ਸਾਡੇ ਨਜ਼ਦੀਕ ਤਾਂ। ਬਾਕੀ ਉਹਨਾਂ ਨੇ ਥੱਲੇ ਦੇ ਦਿੱਤੀ ਹੈ ਟੈਂਕੀ, ਅੱਗੋਂ ਬਿਲਕੁਲ ਸਾਫ਼ ਕਰ ਦਿੱਤਾ, ਯਾਨੀ ਕਿ ਅਤੇ ਹਵਾ ਦੀ ਕਰਾਸਿੰਗ ਅੱਗੇ ਨਾਲੋਂ ਬਿਹਤਰ ਹੈ, ਬਸ ਇਹ ਹੈ ਜੀ। ਜੀ ਜੀ ਭਾਈ, ਆਪਣਾ ਤਾਰਕ ਭਾਈ ਅੱਛੀ ਗੱਲ ਹੈ, ਸਿੰਧੂ ਸਾਹਿਬ ਟਰਬੋ ਆਪਣਾ ਹੋਣੀ ਚਾਹੀਦੀ ਹੈ, ਟਰਬੋ ਲੱਗਣੀ ਚਾਹੀਦੀ, ਲੇਕਿਨ ਇਹ ਡਿਪੈਂਡ ਕਰਦਾ ਹੈ ਆਪਣਾ ਜਦੋਂ ਚੱਲੇਗਾ ਆਪਣਾ ਫੀਲਡ ਦੇ ਵਿੱਚ ਠੀਕ ਹੋ ਗਿਆ ਜੀ, ਕਿ ਕੀ ਪਰਫਾਰਮੈਂਸ ਹੈ ਇਹਦੀ ਆਪਣਾ, ਕਿਸ ਤਰ੍ਹਾਂ ਆਪਣਾ ਚੱਲਦਾ ਜੀ ਜੀ। ਬਿਲਕੁਲ 398 ਵਾਲਾ ਆਪਣਾ ਤਰਫ ਤੇ ਟਰਬੋ ਲੱਗੀ ਹੈ, ਜਿਵੇਂ ਆਪਣਾ 398 ਆਪਣਾ ਇੰਗਲੈਂਡ ਦਾ ਟਰੈਕਟਰ ਹੈ। ਬਾਹਰ ਦੇਖੋ ਨਾ, ਦੇਖੋ ਨਾ ਇਹਦੇ ਵਿੱਚ ਕੋਈ ਛੋਟੀ ਛੋਟੀ ਚੀਜ਼ਾਂ, ਵੇਖੋ ਮੇਰੀ ਸੋਚ ਮੁਮਕਿਨ ਹੈ ਤੁਹਾਡੇ 'ਤੇ ਡਿਫਰੈਂਸ ਹੋਵੇ, ਦੂਜੇ ਕਿਸੇ ਜ਼ਿੰਮੇਦਾਰ ਦੀ ਸੋਚ ਮੇਰੇ ਤੋਂ ਮੁਖਤਲਫ ਹੋਵੇ, ਜਿਵੇਂ ਕਿ ਇਹ ਬਹੁਤ ਅੱਛਾ ਲੱਗਿਆ ਹੈ, ਲੇਕਿਨ ਇਹ ਜਗ੍ਹਾ ਇੱਕ ਗਲਾਸ ਹੋਵੇ ਅਤੇ ਦੇਖਣੇ ਚੀਜ਼ ਦੀ ਹੈ, ਸਾਹਮਣੇ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਯਾਨੀ ਕਿ ਐਡਾ ਫੀਲ ਇਹਦੇ ਗਲਾਸ ਹੋ ਜਾਵੇ, ਜਿਵੇਂ ਨੋਰਮਲੀ ਆਪਣਾ ਟੋਮਸ ਨੂੰ ਲੱਗਿਆ ਜਾਂ ਇੰਡੀਅਨ ਟਰੈਕਟਰ ਨੂੰ ਲੱਗਿਆ ਹੁੰਦਾ, ਜਿਵੇਂ ਆਪਣਾ ਯੂਰਪ ਦੇ ਟਰੈਕਟਰ ਨੇ। ਅਤੇ ਬਾਕੀ ਚੀਜ਼ ਇਹ ਹੈ ਕਿ ਚੇਂਜਿੰਗ, ਬਾਕੀ ਸਿਮਿਲਰ ਠੀਕ ਹੈ ਟਰੈਕਟਰ, ਬਾਕੀ ਦੀ ਪਰਫੋਰਮੈਂਸ ਦੀ ਗੱਲ ਮੁੱਕਣੀ ਹੈ, ਅਤੇ ਪਰਫੋਰਮੈਂਸ ਆਪਣਾ ਉਹਦਾ ਫੈਸਲਾ ਕਿਸਾਨਾਂ ਨੇ ਆਪ ਕਰਨਾ। ਬਾਕੀ ਮੇਰੇ ਹੀ ਆਪਣਾ ਰਾਏ ਹੈ ਜੀ, ਨਵੀਂ ਕੰਪਨੀ ਹੈ, ਮੈਂ ਤਾਂ ਆਪਣਾ ਬਿਲਕੁਲ ਵੈਲਕਮ ਕਰਦਾ ਜੀ ਇਹਨੂੰ, ਅੱਛੀ ਗੱਲ ਹੈ, ਆਪਣਾ ਕੰਪਨੀਆਂ ਆਉਣੀਆਂ ਚਾਹੀਦੀਆਂ ਨੇ ਜੀ, ਬਿਲਕੁਲ ਹੋਣਾ ਚਾਹੀਦਾ ਜੀ। ਜੀ ਦੋਸਤੋ, ਇਮਤਿਆਜ਼ ਵੱਟੂ ਸਾਹਿਬ ਸਾਡੇ ਨਾਲ ਮੌਜੂਦ ਆ, ਇਹਨਾਂ ਕੋਲੋਂ ਵੀ ਇਹਨਾਂ ਦੇ ਟਰੈਕਟਰ ਦਾ ਇੱਥੇ ਜਿਹੜੇ ਦੇਖੇ ਨੇ ਇਹਨਾਂ ਦਾ ਰਿਵਿਊ ਲੈਂਦੇ ਹਾਂ ਜੀ। ਪਿਆਰੇ ਭਾਈ, ਕੈਸੇ ਲੱਗੇ ਤੁਹਾਨੂੰ ਟਰੈਕਟਰ? ਸੰਧੂ ਸਾਹਿਬ, ਮੈਂ ਦੋਵੇਂ ਟਰੈਕਟਰ ਵੇਖੇ ਨੇ ਜੀ, ਤੇ ਜ਼ਾਹਿਰ ਜੀ ਜ਼ਮੀਨਦਾਰਾਂ ਨੂੰ ਇੱਕ ਹੀ, ਤੇ ਜ਼ਾਹਿਰ ਜੀ ਜ਼ਮੀਨਦਾਰਾਂ ਵਾਸਤੇ ਕੋਈ ਵੀ ਟਰੈਕਟਰ ਨਵਾਂ ਆਉਂਦਾ ਤੇ ਜ਼ਮੀਨਦਾਰ ਮੁਤਵੱਜੇ ਹੁੰਦੇ ਨੇ, ਤੇ ਇੱਕ ਚੀਜ਼ ਇਹਨਾਂ ਟਰੈਕਟਰਾਂ ਤੋਂ ਹੱਟ ਤੇ ਮੈਂ ਇੱਕ ਚੀਜ਼ ਦੱਸਦਾ ਚੱਲਾਂ ਕਿ ਹਮੇਸ਼ਾ ਯਾਦ ਰੱਖੋ, ਕਿਸੇ ਵੀ ਚੀਜ਼ ਦਾ ਜਦੋਂ ਕੰਪੀਟੀਸ਼ਨ ਵਧੇਗਾ, ਅਲਟੀਮੇਟਲੀ ਜਿਹੜਾ ਉਹਦਾ ਫਾਇਦਾ ਹੈ ਉਹ ਡਾਇਰੈਕਟ ਕੰਜ਼ਿਊਮਰ ਨੂੰ ਮਿਲੇਗਾ। ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਚੰਦ ਇੱਕ ਕੰਪਨੀਆਂ ਹੈਗੀਆਂ ਜਿਹੜੀਆਂ ਟਰੈਕਟਰ ਦੀਆਂ, ਜਿਨ੍ਹਾਂ ਦਾ ਪੂਰੀ ਮਾਰਕੀਟ 'ਤੇ ਹੋਲਡ ਹੈ। ਹੁਣ ਇਹ ਕੁਝ ਨਵੀਆਂ ਕੰਪਨੀਆਂ ਪਿਛਲੇ 2-4 ਮਹੀਨੇ ਵਿੱਚ 2-3 ਟਰੈਕਟਰ ਲਾਂਚ ਹੋਏ ਨੇ, ਜਿਵੇਂ ਇਹ ਬੁਰਾਕ ਅਸੀਂ ਵੇਖਿਆ। ਇਹਦਾ ਫਾਇਦਾ ਅਲਟੀਮੇਟਲੀ ਤਾਂ ਇਹਦੀ ਪਰਫਾਰਮੈਂਸ ਦਾ ਪਤਾ ਲੱਗੇਗਾ ਜਦੋਂ ਫੀਲਡ ਚੱਲੇਗਾ, ਲੇਕਿਨ ਇਹਦਾ ਜਿਹੜਾ ਐਂਡ ਜਿਹੜਾ ਫਾਇਦਾ ਮਿਲੇਗਾ ਨਾ, ਉਹ ਕਿਸਾਨ ਨੂੰ ਮਿਲੇਗਾ। ਉਹਦੀ ਵਜ੍ਹਾ ਹੈ ਕਿ ਜਦੋਂ ਮਾਰਕੀਟ ਕੰਪੀਟੀਸ਼ਨ ਡਿਵੈਲਪ ਹੋਵੇਗਾ,
ਉਸ ਕੰਪੀਟੀਸ਼ਨ ਦਾ ਫਾਇਦਾ ਇਹ ਹੋਵੇਗਾ ਕਿ ਹਰ ਕੰਪਨੀ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗੀ ਤੇ ਹਰ ਕੰਪਨੀ ਆਪਣੀ ਕੀਮਤ ਵਧਾਉਣ ਤੋਂ ਪਹਿਲੇ ਉਹਨੂੰ ਫਲਕਚੁਏਟ ਕਰਨ ਤੋਂ ਪਹਿਲੇ 100 ਵਾਰੀ ਸੋਚੇਗੀ, ਕਿਉਂਕਿ ਉਹਨਾਂ ਨੂੰ ਪਤਾ ਕਿ ਕਿਸਾਨਾਂ ਕੋਲ ਜੀ ਮੁਤਬਾਦਲ ਹੁਣ ਮੌਜੂਦ ਨੇ ਤੇ ਅਲਟੀਮੇਟਲੀ ਇਹਦਾ ਫਾਇਦਾ ਕਿਸਾਨ ਨੂੰ ਹੈ ਜੀ। ਬਿਲਕੁਲ ਬਿਲਕੁਲ ਠੀਕ ਹੋ ਗਿਆ ਇਮਤਿਆਜ਼ ਭਾਈ, ਬਹੁਤ ਸ਼ੁਕਰੀਆ, ਅੱਛੇ ਰਿਵਿਊ ਤੁਸੀਂ ਸ਼ੇਅਰ ਕੀਤੇ। ਅਸਲਾਮ ਅਲੈਕੁਮ ਬਿਲਾਲ ਭਾਈ ਜੀ। ਵਾਲੇਕੁਮ ਸਲਾਮ ਜੀ। ਬਿਲਾਲ ਸਾਹਿਬ ਆਪਣਾ ਪਾਕਿਸਤਾਨ ਯੂਟਿਊਬ ਚੈਨਲ ਤੋਂ ਨੇ, ਮੁਹਤਰਮ ਵੀਰ ਇਹਨਾਂ ਨੂੰ ਪੁੱਛਦੇ ਆ, ਬਿਲਾਲ ਸਾਹਿਬ ਅੱਜ ਟਰੈਕਟਰ ਇੱਥੇ ਤੁਸੀਂ ਦੇਖੇ ਨੇ ਆਰਫ ਵਾਲਾ, ਕੈਸੇ ਲੱਗੇ ਤੁਹਾਨੂੰ ਦੋਨੋਂ ਜੀ? ਯਾਸਰ ਭਾਈ ਪਹਿਲੇ ਤਾਂ ਮੈਂ ਦੱਸ ਦਿੰਦਾ ਜੀ, ਜਿਹੜਾ ਅੱਜ ਦਾ ਇਵੈਂਟ ਇੱਥੇ ਹੋਇਆ ਉਹਦੇ ਬਾਰੇ ਕਿ ਸਾਡੇ ਜਾਜ ਤਾਰੜ ਸਾਹਿਬ ਜਿਹੜੇ ਆ ਆਰਫ ਵਾਲਾ ਦੇ ਵਿੱਚ ਉਹਨਾਂ ਦੇ ਯਾਨੀ ਕਿ ਜਿਹੜਾ ਯੂਟਿਊਬ ਚੈਨਲ ਹੈ ਉਹਨਾਂ ਦੇ 50,000 ਸਬਸਕ੍ਰਾਈਬਰ ਕੰਪਲੀਟ ਹੋਏ ਸੀ, ਜਿਹਦੇ ਸਿਲਸਿਲੇ 'ਚ ਉਹਨਾਂ ਨੇ ਇੱਕ ਪਾਰਟੀ ਦਾ ਇੰਤਜ਼ਾਮ ਕੀਤਾ। ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਬਰਾਕ ਕੰਪਨੀ ਨੂੰ ਕਿ ਇਹ ਟਰੈਕਟਰ ਇੱਥੇ ਦਿੱਤੇ ਜਾਣ ਤਾਂ ਕਿ ਅਸੀਂ ਇਹਨਾਂ ਨੂੰ ਦੇਖੀਏ, ਚੈੱਕ ਕਰੀਏ, ਸਾਡੇ ਸਾਰੇ ਜਿੰਨੇ ਵੀ ਭਾਈ ਜਿਹੜੇ ਸੋਸ਼ਲ ਮੀਡੀਆ 'ਤੇ ਕੰਮ ਕਰਦੇ ਆ ਉਹ ਆ ਕੇ ਇਹਦੀ ਵੀਡੀਓ ਬਣਾਉਣ, ਲੋਕਾਂ ਨੂੰ ਦੱਸਣ। ਅਤੇ ਕੰਪਨੀ ਨੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਦੀ ਗੱਲ ਮੰਨੀ ਹੈ ਔਰ ਟਰੈਕਟਰ ਇੱਥੇ ਭੇਜੇ ਨੇ, ਦੋ ਟਰੈਕਟਰ ਇੱਥੇ ਆਏ ਨੇ, ਇਹ ਜੀ ਬਰਾਕ 4100 HP ਔਰ 4085 ਹੈ ਜੀ, 85 ਹਾਰਸ ਪਾਵਰ ਟਰੈਕਟਰ। ਮਾਸ਼ਾਅੱਲਾ ਜੀ ਸਾਡੇ ਸਾਰੇ ਜਿੰਨੇ ਵੀ ਸੀਨੀਅਰ ਆਪਣਾ ਚੋਰੀ ਅਜ਼ੀਮ ਲਾਈ ਸਾਹਿਬ, ਚੋਰੀ ਦੂਸਰੇ ਵਾਹ ਸਾਹਿਬ, ਇਹਨਾਂ ਨੇ ਸਾਰਿਆਂ ਨੇ ਦੇਖੇ ਆ, ਉਹਨਾਂ ਦਾ ਇਹ ਕਹਿਣਾ ਕਿ ਦੇਖਣ 'ਚ ਟਰੈਕਟਰ ਅੱਛੇ ਆ, ਇੱਕ ਨਵੀਂ ਚੀਜ਼ ਹੈ, ਪਲੇਟਫਾਰਮ ਖੁੱਲ੍ਹਾ ਕਰ ਦਿੱਤਾ, ਟਰਬੋ ਲੱਗ ਗਈ, ਨਾਲ ਕੁਛ ਨਵੀਆਂ ਚੀਜ਼ਾਂ ਆਈਆਂ ਨੇ, ਕਲਰ ਵਿੱਚ ਸਫਾਈ ਆ, ਬਾਕੀ ਫੀਲਡ ਵਿੱਚ ਚੱਲਣਾ ਇਹਨਾਂ ਨੇ ਤੇ ਆਪਣਾ ਆਪ ਦੱਸਣਾ। ਇਨਸ਼ਾਅੱਲਾ ਨੈਕਸਟ ਦੀਆਂ ਪਰਫਾਰਮੈਂਸ ਵੀਡੀਓ ਵੀ ਆਣੀਆਂ ਨੇ ਫੀਲਡ ਦੇ ਚੱਲਦਿਆਂ ਦੀਆਂ, ਤੇ ਫਿਲਹਾਲ ਟਰੈਕਟਰ ਮਾਸ਼ਾਅੱਲਾ ਸਾਰਿਆਂ ਨੇ ਪਸੰਦ ਕੀਤੇ ਆ, ਟਰੈਕਟਰਾਂ ਦੀ ਆਵਾਜ਼, ਟਰੈਕਟਰਾਂ ਦੀ ਬਣਾਵਟ, ਸਫਾਈ, ਕਿਸੇ ਪਾਸਿਓਂ ਕੋਈ ਕਮੀ ਨਹੀਂ ਨਜ਼ਰ ਆਈ। ਦੋ ਤਿੰਨ ਚੀਜ਼ਾਂ ਨੋਟ ਕੀਤੀਆਂ ਨੇ ਜਿਹੜੀਆਂ ਕਿ ਕੰਪਨੀ ਤੱਕ ਪਹੁੰਚਾਈਆਂ ਨੇ ਔਰ ਉਹਨਾਂ ਨੇ ਫੌਰਨ ਉੱਤੇ ਐਕਸ਼ਨ ਲਿਆ। ਜਿਸ ਦਿਨ ਅਸੀਂ ਪਹਿਲੇ ਟਰੈਕਟਰ ਦੇਖਣ ਗਏ ਸੀ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ 3-4 ਤਬਦੀਲੀਆਂ ਆ ਗਈਆਂ ਤੇ ਬਾਕੀ ਮਜ਼ੀਦ 2-3 ਤਬਦੀਲੀਆਂ ਉਹਨਾਂ ਨੇ ਦੱਸਿਆ ਕਿ ਅਸੀਂ ਕਰਨ ਜਾ ਰਹੇ ਹਾਂ। ਔਰ ਜਿੰਨਾ ਵੀ ਟਰੈਕਟਰ ਜ਼ਿਮੀਦਾਰਾਂ ਨੇ ਟਰੈਕਟਰ ਲੈਣੇ ਨੇ, ਜਿਨ੍ਹਾਂ ਜਿਹੜੇ ਲੈ ਚੁੱਕੇ ਨੇ ਉਹਨਾਂ ਦੇ ਟਰੈਕਟਰ 'ਚ ਵੀ ਤਬਦੀਲੀ ਕਰਕੇ ਆਣਗੇ ਤੇ 18 ਮਹੀਨੇ ਦੀ ਵਾਰੰਟੀ ਹੈ ਔਰ 1200 ਘੰਟਾ। ਬਾਕੀ ਪ੍ਰਾਈਸ ਵੱਲੋਂ ਵੀ ਟਰੈਕਟਰ ਘੱਟ ਹੈ, ਪਾਕਿਸਤਾਨ 'ਚ ਬਣਦੇ ਆ, ਕੰਪਨੀ ਪਾਕਿਸਤਾਨ 'ਚ ਟਰੈਕਟਰ ਬਣਾ ਕੇ ਦੇ ਰਹੀ ਹੈ ਤੇ ਇਹ ਖੁਸ਼ਾਇਨ ਬਾਤ ਹੈ ਕਿ ਸਾਡੇ ਮੁਲਕ 'ਚ ਬਣਦਾ ਪਿਆ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਵੈਲਕਮ ਕਰਦੇ ਹਾਂ ਜਿੰਨੀਆਂ ਜ਼ਿਆਦਾ ਕੰਪਨੀਆਂ ਆਉਣਗੀਆਂ। ਕੰਪੀਟੀਸ਼ਨ ਬਣੇਗਾ ਸਾਡੇ ਜ਼ਿਮੀਦਾਰਾਂ ਦਾ ਫਾਇਦਾ ਹੈ, ਸਾਡੇ ਇੱਕੋ ਹੀ ਹੱਲ ਹੈ ਕਿ ਕੰਪੀਟੀਸ਼ਨ ਬਣੇਗਾ, ਪ੍ਰਾਈਸਾਂ ਵੀ ਘੱਟ ਹੋਣਗੀਆਂ, ਮਟੀਰੀਅਲ ਵੀ ਅੱਛਾ ਮਿਲੇਗਾ ਤੇ ਜਦੋਂ ਕੰਪਨੀਆਂ ਘੱਟ ਹੋਣਗੀਆਂ, ਜਦੋਂ ਇਹ ਕੰਪਨੀਆਂ ਫੇਲ ਹੋ ਜਾਂਦੀਆਂ ਨੇ ਉਦੋਂ ਇੱਕ ਦੋ ਕੰਪਨੀ ਚੱਲਦੀ ਹੈ, ਉਹਨਾਂ ਦੀ ਇਜਾਰਾਦਾਰੀ ਹੈ, ਫਿਰ ਜ਼ਿਮੀਦਾਰ ਨੂੰ ਵਾਰ ਵਾਰ ਉਹੀ ਚੀਜ਼ ਮਿਲਦੀ ਹੈ, ਜਿਸ 'ਚ ਨਾ ਤਬਦੀਲੀ ਮਿਆਰ 'ਚ ਕਮੀ ਆ ਜਾਂਦੀ ਹੈ, ਰੇਟ ਵੱਧ ਜਾਂਦਾ। ਤੇ ਸਾਨੂੰ ਇਸੇ ਚੀਜ਼ ਦਾ ਹੀ ਹੈ ਕਿ ਨਵੀਆਂ ਤੋਂ ਨਵੀਆਂ ਕੰਪਨੀਆਂ ਆਉਣ ਤੇ ਇਨਸ਼ਾਅੱਲਾ ਮਿਆਰ ਅੱਛਾ ਹੋ ਜਾਏਗਾ, ਅੱਛਾ ਹੋ ਜਾਏਗਾ, ਕੀਮਤ ਵੀ ਘੱਟ ਜਾਏਗੀ ਘੱਟ ਜਾਏਗੀ। ਤੇ ਟਰੈਕਟਰ ਅੱਛੇ ਨੇ ਮਾਸ਼ਾਅੱਲਾ, ਸਾਰਿਆਂ ਨੇ ਪਸੰਦ ਕੀਤੇ ਆ ਜੀ, ਸਾਰਿਆਂ ਨੇ ਪਸੰਦ ਕੀਤੇ, ਮੈਂ ਸਾਰਿਆਂ ਦਾ ਰਿਵਿਊ ਲੈਣਾ ਇਨਸ਼ਾਅੱਲਾ, ਅੱਛਾ ਫੀਡਬੈਕ ਮਿਲ ਰਿਹਾ ਹਾਲੇ ਤੱਕ ਲੋਕਾਂ ਦਾ। ਠੀਕ ਹੋ ਗਿਆ ਜੀ, ਠੀਕ ਹੈ ਜੀ। ਇਹ ਭਾਈ ਜਾਜ ਤਾਰੜ ਸਾਹਿਬ ਨੇ ਕਿਸੇ ਤਾਰਫ ਦੇ ਮੁਹਤਾਜ ਨਹੀਂ, ਸਾਡੇ ਵੀਰ ਦੀ ਅੱਜ ਦਾਵਤ ਸੀ, ਇੱਥੇ ਜਨਾਬ ਟਰੈਕਟਰ ਆਏ ਹੋਏ ਸਨ। ਭਾਈ ਜਾਜ ਸਾਹਿਬ ਇਹ ਤੁਸੀਂ ਟਰੈਕਟਰ ਦੇਖੇ ਕੈਸੇ ਲੱਗੇ ਤੁਹਾਨੂੰ? ਸੰਧੂ ਸਾਹਿਬ ਟਰੈਕਟਰ ਵੇਖੋ ਜੀ, ਰੰਗ ਅੱਛਾ ਹੈ, ਫਿਨਿਸ਼ਿੰਗ ਅੱਛੀ ਹੈ, ਨਜ਼ਰ ਦੇਗ ਅੱਛੀ ਆ ਰਹੀ ਹੈ। ਹਾਂਜੀ, ਬਾਕੀ ਜਿਹੜਾ ਟਰਬੋ ਸਿਸਟਮ ਮੈਨੂੰ ਬੜਾ ਪਸੰਦ ਆਇਆ ਵੀ ਜਿਸ ਤਰੀਕੇ ਵਲੈਤੀ ਤਰੀਕੇ ਨਾਲ ਲਾਇਆ ਜਾਂਦਾ ਹੈ, ਅੱਗੂ ਫੀਡਬੈਕ ਚੱਲੇ ਦਾ ਸਮਝ ਆ ਜਾਏ ਦੀ ਵੀ ਇਹ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ। ਫੀਡਬੈਕ ਦੇ ਨੇ ਵਾਹਣ ਦੇ ਵਿੱਚ ਜਾਣਾ, 13 ਫਾਲੇ ਹਲ ਪੈਣੇ ਨੇ ਤੇ ਪਹਿਲਾਂ ਆ ਹੀ ਲੱਗਣਾ ਤੇ ਪਤਾ ਲੱਗ ਜਾਣਾ ਸ਼ਾਮ ਨੂੰ ਕੱਟੀ ਕੱਟੇ ਦਾ। ਹਾਂਜੀ, ਹਾਲ ਦੀ ਘੜੀ ਕੈਸੇ ਲੱਗ ਰਹੇ ਨੇ ਦੇਖਣ? ਹਾਲ ਦੀ ਘੜੀ ਜਿਹੜਾ ਮਿਹਨਤ ਨਾਲ ਟਰੈਕਟਰ 'ਚ ਨਜ਼ਰ ਨਹੀਂ ਆ ਰਿਹਾ, ਬਣਾਵਟ ਵੱਲੋਂ, ਰੰਗ ਵੱਲੋਂ, ਦੇ ਗੱਲੋਂ, ਹਾਲ ਦੀ ਘੜੀ ਨੁਕਸ ਕੋ ਨਹੀਂ। ਨਿੱਕਾ ਮੋਟਾ ਹੋਵੇ, ਕੋਈ ਪਤਰੀਆਂ ਪਿੱਛਾ ਲਾਣ ਦੀ ਜਿੱਡਾ ਪ੍ਰੋਬਲਮ ਕੋ ਨਹੀਂ, ਹਾਲ ਦੀ ਘੜੀ ਅੱਛਾ ਜੀ। ਸਹੀ ਹੈ, ਠੀਕ ਹੋ ਗਿਆ ਜਨਾਬ। ਭਾਈ ਮੁਹੰਮਦ ਅਫਜ਼ਲ ਵਟੂ ਆਪਣੇ ਨਾਲ ਆ, ਡਿਜੀਟਲ ਕਿਸਾਨ ਪਾਕਿਸਤਾਨ। ਭਾਈ ਅਫਜ਼ਲ ਤੁਸੀਂ ਅੱਜ ਟਰੈਕਟਰ ਦੋਨੋਂ ਦੇਖੇ ਕੈਸੇ ਲੱਗੇ ਤੁਹਾਨੂੰ? ਭਾਈ ਜਾਨ ਟਰੈਕਟਰ ਮਾਸ਼ਾਅੱਲਾ ਬਹੁਤ ਵਧੀਆ ਨਜ਼ਰ ਆਇਆ, ਲੁੱਕ ਬਹੁਤ ਪਿਆਰੀ ਹੈ,
ਰੰਗ ਛੰਗ ਵੀ ਚੰਗਾ ਹੈ, ਟਾਇਰ ਟੂਰ ਵੀ ਚੰਗੇ ਨੇ ਤੇ ਬਾਕੀ ਹੁਣ ਜਿਵੇਂ ਜਿਵੇਂ ਫੀਲਡ 'ਚ ਆਵੇਗਾ ਕਿਸਾਨ ਚਲਾਵਣਗੇ ਤੇ ਜੋ ਇਹਦੇ 'ਚ ਅਛਾਈ ਹੋਈ ਬੁਰਾਈ ਹੋਈ ਸਭ ਸਾਹਮਣੇ ਆ ਜਾਸੀ। ਉਮੀਦ ਹੈ ਵੀ ਜੋ ਨਜ਼ਰ ਆਉਂਦਾ ਵੀ ਬਹੁਤ ਵਧੀਆ ਹੈ। ਠੀਕ ਹੈ ਜੀ, ਤੁਹਾਨੂੰ ਦੇਖਣਾ 'ਚ ਅੱਛੇ ਲੱਗੇ ਟਰੈਕਟਰ? ਬਹੁਤ ਵਧੀਆ ਮਾਸ਼ਾਅੱਲਾ। ਖਾਸ ਕਰ ਪਾਲਾ ਟਰੈਕਟਰ ਜਿਹੜੇ ਟਰਬੋ ਲਗਾਈ ਉਹ ਕੈਸਾ ਲੱਗਾ ਤੁਹਾਨੂੰ? ਉਹ ਵੀ ਵਧੀਆ ਲੱਗਿਆ ਤੇ ਕੀਮਤਾਂ ਜਿਹੜੀਆਂ ਨੇ ਬਾਕੀ ਕੰਪਨੀ ਦੇ ਜਿੰਨੇ ਵੀ ਟਰੈਕਟਰ ਹੈਗੇ ਨੇ ਉਹਨਾਂ ਨਾਲ ਕੀਮਤਾਂ ਇਹਨਾਂ ਦੀਆਂ ਘੱਟ ਹੈਗੀਆਂ ਨੇ, ਲਿਆਜ਼ਾ ਉਸ ਵਜ੍ਹਾ ਤੋਂ ਮੈਨੂੰ ਪਸੰਦ ਆਏ ਨੇ। ਅੱਛਾ, ਯਾਨੀ ਕੀਮਤਾਂ ਘੱਟ ਹੋਣ ਦੀ ਵਜ੍ਹਾ ਤੋਂ ਤੁਹਾਨੂੰ ਜ਼ਿਆਦਾ? ਕੁਛ ਨਾ ਕੁਛ ਤਾਂ ਰਿਲੀਫ ਕਿਸਾਨਾਂ ਨੂੰ ਲੱਭਿਆ ਨਾ। ਵੈਰੀ ਗੁੱਡ, ਅੱਛੀ ਗੱਲ ਆ ਜੀ। ਭਾਈ ਅਫਜ਼ਲ ਵੱਟੂ ਸਾਹਿਬ ਆਪਣੇ ਜਿਹੜਾ ਆ ਉਹ ਸ਼ੇਅਰ ਕਰ ਰਹੇ ਸਨ ਦੋਸਤਰਾ ਦੇ ਬਾਰੇ। ਜੀ ਭਾਈ ਸਾਹਿਬ, ਕੈਸਾ ਲੱਗਾ ਤੁਹਾਨੂੰ ਟਰੈਕਟਰ? ਇੱਕ ਤਾਂ ਮੁਬਾਰਕ ਹੋਏ ਤੁਹਾਡੇ ਇਲਾਕੇ ਹੀ ਟਰੈਕਟਰ ਸੀਗਾ। ਹਾਂਜੀ, ਠੀਕ ਹੈ ਜੀ। ਤੇ ਦੂਸਰੇ ਨੰਬਰ ਤਾਰੜ ਸਾੜ ਦੀ ਮਿਹਰਬਾਨੀ ਕਿ ਜਨਾਬ ਉਹਨੇ ਇਸ ਇਲਾਕੇ ਦਾ ਵਿਜ਼ਿਟ ਕਰਾਇਆ, ਬੁਰਾਕੜਾਂ ਦੀ ਮਿਹਰਬਾਨੀ ਕਿ ਉਹ ਟਰੈਕਟਰ ਇੱਥੇ ਲੈ ਕੇ ਆਏ, ਸਾਨੂੰ ਉਹਨਾਂ ਨੇ ਬੁਲਾਇਆ, ਬਹੁਤ ਸ਼ੁਕਰੀਆ ਉਹਨਾਂ ਦਾ। ਬਾਕੀ ਯਾਸਰ ਬਾਈ ਇਹਦਾ ਕਲਰ ਕੁਲਰ ਠੀਕ ਹੈ, ਬਾਕੀ ਇਹਦੀ ਬਣਾਵਟ ਵਗੈਰਾ ਠੀਕ ਹੈ। ਜਿੰਨੀ ਦੇਰ ਤੱਕ ਫੀਲਡ ਚੱਲਦਾ ਨਹੀਂ ਉਨੀ ਦੇਰ ਤੱਕ ਤਾਂ ਕੋਈ ਪਤਾ ਨਹੀਂ ਚੱਲਦਾ ਨਾ। ਹੁਣ ਫੀਲਡ ਦੇ ਵਿੱਚ ਚੱਲੇਗਾ ਜਾ ਕੇ, ਜਦੋਂ ਜ਼ਿਮੀਂਦਾਰੀ ਨੂੰ ਰਗੜਾ ਲਾਉਣਗੇ ਫਿਰ ਹੀ ਇਹਦਾ ਪਤਾ ਚੱਲੇਗਾ, ਜ਼ਾਹਿਰ ਹੈ। ਹਾਂਜੀ ਹਾਂਜੀ, ਸਹੀ ਹੈ, ਠੀਕ ਹੋ ਗਿਆ ਜੀ। ਬਾਕੀ ਓਵਰਆਲ ਹੁਣ ਤੁਹਾਨੂੰ ਕੈਸਾ ਲੱਗਾ? ਓਵਰਆਲ ਤਾਂ ਅੱਛਾ ਹੀ ਹੈ, ਦੇਖਣ ਨੂੰ ਤਾਂ ਅੱਛਾ ਲੱਗਦਾ। ਸਹੀ ਹੈ, ਹੋ ਗਿਆ ਜੀ। ਇਹ ਜਨਾਬ ਫੌਜ ਸਾਹਿਬ ਸਨ, ਫੌਜ ਸਾਹਿਬ ਦਾ ਰਿਵਿਊ ਤੁਹਾਡੇ ਤੱਕ ਪਹੁੰਚਾਇਆ। ਹਾਂਜੀ ਭਾਈ, ਮੈਂ ਪਤਾ ਜੀ ਤੁਸੀਂ ਟਰੈਕਟਰ ਦੇਖ ਕੇ ਬੁਰਾਕ ਵਾਲਿਆਂ ਦੇ ਆਏ ਹੋਏ ਸਨ ਇੱਥੇ ਜੀ ਆਰਫ ਵਾਲਾ ਦੇ ਵਿੱਚ ਜੀ। ਭਾਈ ਜਾਤ ਸਾਹਿਬ ਕੋਲ ਤੁਹਾਨੂੰ ਕੈਸਾ ਲੱਗੇ ਟਰੈਕਟਰ ਜਨਾਬ? ਟਰੈਕਟਰ ਯਾਸਰ ਭਾਈ ਬਹੁਤ ਕਮਾਲ ਨੇ, ਜਿਸ ਤਰ੍ਹਾਂ ਸਾਡੇ ਜ਼ਮੀਨਦਾਰ ਦੀ ਜ਼ਰੂਰਤ ਹੈ ਉਹਦੇ ਮੁਤਾਬਕ ਉਹਨਾਂ ਨੇ ਤਿਆਰ ਕਰ ਦਿੱਤੇ ਨੇ। ਸਹੀ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਜ਼ਮੀਨਦਾਰ ਜਿੱਥੇ ਤੱਕ ਸਾਡੇ ਲਿਮਿਟਿਡ, ਅਗਰ ਮਜ਼ੀਦ ਹੈ ਜ਼ਮੀਨਦਾਰ ਆਉਂਦੇ ਤਾਂ ਹੈ ਨੇ ਜੀ, ਸਾਨੂੰ ਫੁੱਲ ਆਪਸ਼ਨ ਚਾਹੀਦਾ, ਫਿਰ ਉਸੇ ਨਾਲ ਫੁੱਲ ਆਪਸ਼ਨ ਪੈਸੇ ਵੀ ਲੱਗਣੇ ਨੇ। ਜਿਸ ਹਿਸਾਬ ਨਾਲ ਬਜਟ ਹੈ ਜ਼ਮੀਨਦਾਰ ਦਾ, ਉਸ ਹਿਸਾਬ ਨਾਲ ਟਰੈਕਟਰ ਕਮਾਲ ਹੈ। ਮੈਂ ਨਾ ਇਸ ਤੋਂ ਉੱਤੇ ਹੋਰ ਸਾਡਾ ਜੋ ਜ਼ਮੀਨਦਾਰ ਉਸ ਤੋਂ ਇਲਾਵਾ ਮਿਲ ਵੀ ਨਹੀਂ ਸਕਦਾ, ਕਿਉਂਕਿ ਜ਼ਮੀਨਦਾਰ ਕਾਫੀ ਕਹਿ ਰਹੇ ਜੀ 100 HP ਦਿਓ ਸਾਨੂੰ, 100 HP ਦਿਓ। ਇਹਨਾਂ ਨੇ ਮਾਸ਼ਾਅੱਲਾ 100 HP ਪੂਰਾ ਕਰ ਦਿੱਤਾ, ਉਹ ਜਿਸ ਤਰ੍ਹਾਂ ਵੀ ਕੀਤਾ ਉਹ ਪਤਾ ਲੱਗ ਜਾਏਗਾ 3-4 ਮਹੀਨਿਆਂ ਦੇ ਵਿੱਚ ਪਤਾ ਲੱਗ ਜਾਏਗਾ। ਜਿੰਨੇ ਵੀ ਟਰੈਕਟਰ ਸੇਲ ਹੋਏ ਨੇ ਜ਼ਮੀਨਦਾਰ ਚੁੱਪ ਨਹੀਂ ਬਹਿੰਦੇ, ਇੱਕ ਵਾਰ ਲੈ ਜਾਣ ਨਾ, ਥੋੜ੍ਹਾ ਜਿਹਾ ਵੀ ਕੋਈ ਮਸਲਾ ਹੁੰਦਾ ਉਹ ਚੁੱਕ ਦਿੰਦੇ ਨੇ ਕੰਮ। ਹਾਂਜੀ, ਅਤੇ ਇਨਸ਼ਾਅੱਲਾ ਜੀ ਬੜੀ ਖੁਸ਼ਾਇੰਦਾ ਗੱਲ ਹੈ ਜੀ, ਨਵੀਂ ਕੰਪਨੀ ਆਈ ਹੈ, ਅਸੀਂ ਇਹਨੂੰ ਐਪਰੀਸ਼ੀਏਟ ਕਰਦੇ ਹਾਂ ਅਤੇ ਵੈਲਕਮ ਕਰਦੇ ਹਾਂ ਪਾਕਿਸਤਾਨ ਦੇ ਵਿੱਚ। ਠੀਕ ਹੋ ਗਿਆ ਸਰ।